ਵਾਹਿਗੁਰੂ ਵਾਹਿਗੁਰੂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ ਬਾਬਾ ਜੀ ਦਾ ਮਿਲਾਪ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਹਰ ਸਾਲ ਦੀ ਤਰ੍ਹਾਂ ਦਸੰਬਰ 1973 ਵਿੱਚ ਨੰਗਲ ਸਲਾਲੇ ਜੋ ਹੁਸ਼ਿਆਰਪੁਰ ਦੇ ਬਿਲਕੁਲ ਨਜ਼ਦੀਕ ਹੈ ਕਥਾ ਕਰਨ ਲਈ ਆਏ ਹੋਏ ਸਨ ਸੰਤ ਕਰਤਾਰ ਸਿੰਘ ਜੀ ਹੋਰਾਂ ਨੇ ਪਹਿਲਾਂ ਵੀ ਬਾਬਾ ਜੀ ਦੀ ਸੋਚ ਸੁਣੀ ਹੋਈ ਸੀ ਕਿ ਬਾਬਾ ਜੀ ਸਤਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਹੋਈ ਮਰਜ਼ਾਦਾ ਅਨੁਸਾਰ ਜੀਵਨ ਬਤੀਤ ਕਰਦੇ ਹਨ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਨਰੋਲ ਗੁਰੂ ਦੇ ਚਰਨਾਂ ਨਾਲ ਜੋੜਦੇ ਹਨ ਕਿਸੇ ਕਿਸਮ ਦਾ ਭੋਰਾ ਜਨਾ ਵੀ ਆਪਣੀ ਪੂਜਾ ਪ੍ਰਤੀਸ਼ਟਾ ਕਰਵਾਉਣ ਦਾ ਉਹਨਾਂ ਨੂੰ ਲਾਲਸਾ ਨਹੀਂ ਸੋ ਸੰਤ ਕਰਤਾਰ ਸਿੰਘ ਜੀ ਚਾਹੁੰਦੇ ਸਨ ਕਿ ਕੋਈ ਸਮਾ ਬਣੇ ਤਾਂ ਜੋ ਬਾਬਾ ਜੀ ਦੇ ਦਰਸ਼ਨ ਹੋ ਸਕਣ ਇਹ ਦਰ ਬਾਬਾ ਜੀ ਦੇ ਮਨ ਵਿੱਚ ਵੀ ਖਾਲਸਾ ਜੀ ਦੇ ਗੁਰਸਿੱਖੀ ਪ੍ਰਚਾਰ ਅਤੇ ਨਿਰੋਲ ਗੁਰਮਤਿ ਦੇ ਧਾਰਨੀ ਹੋਣ ਕਰਕੇ ਪੂਰਾ ਸਤਕਾਰ ਬਣਿਆ ਹੋਇਆ ਸੀ। ਬਾਬਾ ਜੀ ਨੇ ਪੰਨਾ ਸਿੰਘਾਂ ਹੱਤ ਬੇਨਤੀ ਭੇਜੀ ਕਿ ਆਪ ਜੀ ਗੁਰਦੁਆਰਾ ਸਾਹਿਬ ਆ ਕੇ ਸਾਨੂੰ ਦਰਸ਼ਨ ਦਿਓ। ਰਾਤ ਸਾਡੇ ਪਾਸ ਟਿਕ ਕੇ ਸੰਗਤਾਂ ਨੂੰ ਕਥਾ ਰਾਹੀਂ ਗੁਰੂ ਉਪਦੇਸ਼ ਦ੍ਰਿੜ ਕਰਵਾਓ। ਬੇਨਤੀ ਪੱਤਰ ਲੈ ਕੇ ਜਿਉਂ ਹੀ ਸਿੰਘ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਾਸ ਪੁੱਜੇ ਉਹਨਾਂ ਨੇ ਪੱਤਰ ਲੈ ਕੇ ਮਸਤਕ ਨੂੰ ਲਾਇਆ ਤੇ ਸਿੰਘਾਂ ਨੂੰ ਕਿਹਾ ਕਿ ਸਾਡਾ ਤਾਂ ਪਹਿਲਾਂ ਹੀ ਉਸ ਅਸਥਾਨ ਤੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਦਾ ਮਨ ਬਣਿਆ ਹੋਇਆ ਹੈ। ਵਾਪਸੀ ਸੁਨੇਹਾ ਭੇਜ ਦਿੱਤਾ ਕਿ ਅਸੀਂ ਅੱਜ ਹੀ ਜਥੇ ਸਮੇਤ ਸ਼ਾਮ ਦੀ ਕਥਾ ਇੱਥੇ ਨੰਗਲ ਸਲਾਲੇ ਕਰਕੇ ਰਾਤ ਗੁਰਦੁਆਰਾ ਰਾਮਪੁਰ ਖੇੜਾ ਵਿਖੇ ਠਹਿਰਾਂਗੇ ਅਤੇ ਸਵੇਰੇ ਕਥਾ ਕਰਕੇ ਵਿਦਾਇਗੀ ਲਵਾਂਗੇ। ਬੜੇ ਚਾਅ ਤੇ ਖੁਸ਼ੀ ਨਾਲ ਸਾਰੇ ਸਿੰਘ ਵਾਪਸ ਬਾਬਾ ਜੀ ਪਾਸ ਰਾਮਪੁਰ ਖੇੜੇ ਪੁੱਜੇ ਤੇ ਖਾਲਸਾ ਜੀ ਦੇ ਆਉਣ ਬਾਰੇ ਆਪ ਜੀ ਨੂੰ ਜਾਣੂ ਕਰਵਾਇਆ। ਬਾਬਾ ਜੀ ਨੇ ਵੀ ਬੜੇ ਚਾਅ ਨਾਲ ਸੰਗਤਾਂ ਵਾਸਤੇ ਅਤੇ ਮਹਾਪੁਰਖਾਂ ਵਾਸਤੇ ਲੰਗਰ ਅਤੇ ਰਹਾਇਸ਼ ਦਾ ਪ੍ਰਬੰਧ ਕੀਤਾ। ਰਾਤ ਨੂੰ 8:00 ਵਜੇ ਸੰਤ ਬਾਬਾ ਕਰਤਾਰ ਸਿੰਘ ਜੀ ਜਥੇ ਸਮੇਤ ਗੁਰਦੁਆਰਾ ਸਾਹਿਬ ਪਹੁੰਚ ਗਏ। ਲੰਗਰ ਛਪਣ ਛਕਣ ਉਪਰੰਤ ਗੁਰਮਤ ਵਿਚਾਰਾਂ ਸਾਂਝੀਆਂ ਹੋਈਆਂ। ਮਿਲਾਪ ਅਤੇ ਬਚਨ ਬਲਾਸ ਇਸ ਪ੍ਰਕਾਰ ਹੋਏ ਜਿਵੇਂ ਕਿ ਬਹੁਤ ਹੀ ਲੰਬੇ ਸਮੇਂ ਤੋਂ ਇੱਕ ਦੂਜੇ ਦੇ ਨਿਕਟ ਵਰਤੀ ਹੁੰਦੇ ਹਨ। ਸੰਸਾਰ ਵਿੱਚ ਸਭ ਤੋਂ ਵੱਡੀ ਸਾਂਝ ਖਿਆਲਾਂ ਦੀ ਹੁੰਦੀ ਹੈ। ਉਸ ਤੋਂ ਇਲਾਵਾ ਜਿਵੇਂ ਤੁਲਸੀਦਾਸ ਜੀ ਨੇ ਲਿਖਿਆ ਹੈ ਕਿ ਆਸ਼ਾ ਇਸ਼ਟ ਉਪਾਸ਼ਨਾ ਖਾਣ ਪਾਣ ਪਹਿਰਾਨ ਤੁਲਸੀ ਜਿਨ ਕੇ ਖਟ ਮਿਲੇ ਸੋਈ ਮਿਲਿਆ ਜਾਣ ਹੁਣ ਇੱਥੇ ਤਾਂ ਸਭ ਕੁਝ ਦੀ ਹੀ ਸਾਂਝ ਨਿਕਲਿਆਈ ਜਿਵੇਂ ਭਾਈ ਗੁਰਦਾਸ ਜੀ ਨੇ ਫਰਮਾਇਆ ਹੈ ਕਿ ਕੁਰਬਾਨੀ ਤਨਾ ਗੁਰ ਸਿੱਖਾਂ ਮਨ ਮੇਲੀ ਕਰ ਮੇਲ ਕਰਨ ਦੇ ਐਸਾ ਮੇਲ ਹੋਇਆ ਕਿ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਆਪਣੇ ਅੰਦਰ ਜੋ ਵਿਚਾਰ ਸਨ ਉਹਨਾਂ ਦਾ ਪ੍ਰਗਟਾਵਾ ਸਾਰੀ ਸੰਗਤ ਵਿੱਚ ਕਰ ਦਿੱਤਾ ਤੇ ਬਚਨ ਕੀਤਾ ਕਿ ਆਪਣੇ ਪੈਰਾਂ ਦੀ ਪੂਜਾ ਕਰਵਾਉਣ ਵਾਲੇ ਸੰਤ ਤਾਂ ਬਹੁਤ ਮਿਲੇ ਪਰ ਗੁਰੂ ਕੇ ਚਰਨਾਂ ਨਾਲ ਜੋੜਨ ਵਾਲੇ ਸੰਤ ਅੱਜ ਹੀ ਮਿਲੇ ਹਨ ਹੁਣ ਨਿਰਾਸ਼ਤਾ ਨਹੀਂ ਰਹੀ ਮਨ ਬਹੁਤ ਪ੍ਰਸੰਨ ਹੈ ਕਿ ਕਲਯੁਗ ਵਿੱਚ ਵੀ ਬੀਜਨਾਸ਼ ਨਹੀਂ ਸਾਡੇ ਬੜੇ ਪੂਰਨ ਭਾਗ ਹਨ ਜੋ ਪੂਰਨ ਸੰਤਾਂ ਦੇ ਦਰਸ਼ਨ ਸਤਗੁਰੂ ਜੀ ਨੇ ਆਪ ਮਿਹਰ ਕਰਕੇ ਆ ਸਾਨੂੰ ਕਰਵਾਏ ਹਨ ਰਾਤ ਕਾਫੀ ਬਤੀਤ ਹੋ ਚੁੱਕੀ ਸੀ ਆਰਾਮ ਕਰਨ ਵਾਸਤੇ ਫਤਿਹ ਬੁਲਾਈ ਗਈ ਅਗਲੇ ਦਿਨ ਤੜਕੇ ਸਾਰੇ ਸਿੰਘ ਉੱਠੇ ਸੋਚ ਇਸ਼ਨਾਨ ਨਿਤਨੇਮ ਕਰਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸਾਰੀ ਸੰਗਤ ਨੇ ਸੱਜ ਕੇ ਅੱਧਾ ਘੰਟਾ ਨਾਮ ਸਿਮਰਨ ਦਾ ਅਭਿਆਸ ਕੀਤਾ ਦਮਦਮੀ ਟਕਸ਼ਾਲ ਜਥੇ ਦੇ ਸਿੰਘਾਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਉਪਰੰਤ ਖਾਲਸਾ ਜੀ ਨੇ ਸਵੇਰੇ ਜੋ ਮੁੱਖ ਬਾਕ ਆਇਆ ਸੀ ਉਸ ਦੀ ਗੁਰੂ ਆਸ਼ੀ ਅਨਸਾਰ ਕਥਾ ਸੰਗਤਾਂ ਨੂੰ ਸਰਵਣ ਕਰਾਈ ਕਥਾ ਦਾ ਬਾਬਾ ਜੀ ਤੇ ਸਾਰੀ ਸੰਗਤ ਨੇ ਬਹੁਤ ਆਨੰਦ ਮਾਣਿਆ ਕਥਾ ਤੋਂ ਉਪਰੰਤ ਬਾਬਾ ਜੀ ਨੇ ਸਰਬ ਸੰਗਤ ਵਿੱਚ ਬੇਨਤੀ ਕੀਤੀ ਕਿ ਅਸੀਂ دیਵਾਨਾ ਵਿੱਚ ਕਥਾ ਸੁਣਨ ਘੱਟ ਹੀ ਜਾਂਦੇ ਸਾਂ ਕਿਉਂਕਿ ਉੱਥੇ ਹੋਰ ਹੀ ਕਥਾ ਕਹਾਣੀਆਂ ਕਥਾਵਾਚਕ ਸੁਣਾਉਂਦੇ ਰਹਿੰਦੇ ਸਨ ਜਿਹੋ ਜਿਹਾ ਮਾਹੌਲ ਵਿਖਿਆ ਉਸ ਮੁਤਾਬਕ ਕਥਾ ਸੁਣਾ ਦਿੱਤੀ ਪਰ ਨਰੋਲ ਗੁਰੂ ਆਸ਼ੇ ਅਨਸਾਰ ਗੁਰੂ ਦੀ ਸਿੱਖਿਆ ਦੱਸਣ ਵਾਲਾ ਸਾਨੂੰ ਕੋਈ ਨਹੀਂ ਮਿਲਿਆ ਮਨ ਵਿੱਚ ਜੋ ਨਿਰਾਸ਼ਤਾ ਬਣੀ ਹੋਈ ਸੀ ਉਹ ਸਤਿਗੁਰੂ ਜੀ ਨੇ ਖਾਲਸਾ ਜੀ ਰਾਹੀਂ ਪੂਰੀ ਕਰ ਦਿੱਤੀ ਹੈ ਸਾਡਾ ਇਹ ਮਲਾਪ ਸਤਿਗੁਰਾਂ ਨੇ ਅੰਦਰੂਨੀ ਕਰਵਾਇਆ ਹੈ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਇਹ ਮਲਾਪ ਸਦੀਵਕਾਲ ਕਾਇਮ ਰਹੇ ਅਤੇ ਤੋੜ ਨਵੇ ਧੰਨਵਾਦ ਕਰਨੋਂ ਪਰੰਤ ਬਾਬਾ ਜੀ ਨੇ ਖਾਲਸਾ ਜੀ ਨੂੰ ਸਰੂਪअव ਦਿੱਤਾ ਬੜੇ ਪਿਆਰ ਦਾ ਵਾਤਾਵਰਣ ਸੀ ਸਰੂਪअव ਲੈਣੋਂ ਪਰੰਤ ਸੰਤ ਕਰਤਾਰ ਸਿੰਘ ਖਾਲਸਾ ਜੀ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਇਸ ਅਸਥਾਨ ਤੇ ਆ ਕੇ ਕੋਈ ਉਪਰਾਪਣੀ ਮਹਿਸੂਸ ਹੋਇਆ ਸਾਨੂੰ ਇੰਜ ਅਨੁਭਵ ਹੁੰਦਾ ਹੈ ਕਿ ਰਾਮਪੁਰ ਖੇੜੇ ਅਤੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤੇ ਵਿੱਚ ਰਤਾ ਜਿੰਨਾ ਵੀ ਫਰਕ ਨਹੀਂ ਕੇਵਲ ਨਾਂਵ ਹੀ ਵੱਖਰੇ ਵੱਖਰੇ ਹਨ ਅੰਦਰੂਨੀ ਪਿਆਰ ਦੀ ਸਾਂਝ ਨਾਲ ਦੋਵੇਂ ਜੁੜੇ ਪਏ ਹਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਾਡੀ ਅਰਦਾਸ ਹੈ ਕਿ ਇਹ ਪਿਆਰ ਇਹ ਸਾਂਝ ਸਦੀਵਕਾਲ ਤੋੜ ਨਵੇ ਇਸ ਪ੍ਰਕਾਰ ਅੰਦਰੂਨੀ ਪਿਆਰ ਦਾ ਪ੍ਰਗਟਾਵਾ ਕਰਕੇ ਖਾਲਸਾ ਜੀ ਨੇ ਸਰਬ ਸੰਗਤ ਨੂੰ ਬੇਨਤੀ ਕੀਤੀ ਕਿ ਭਾਈ ਅਸੀਂ ਹੁਣ ਸਤਿਗੁਰੂ ਜੀ ਅਤੇ ਸੰਗਤ ਪਾਸੋਂ ਵਿਦਾ ਲੈਣੀ ਹੈ ਸਾਰੀ ਸੰਗਤ ਸਤਿਗੁਰਾਂ ਦੇ ਹਜ਼ੂਰ ਹੀ ਜੁੜੀ ਰਹੇ ਕੋਈ ਵੀ ਉੱਠਣ ਦੀ ਖੇਚਲ ਨਾ ਕਰੇ ਕਿਉਂਕਿ ਗੁਰੂ ਕੀ ਹਜ਼ੂਰੀ ਛੱਡ ਕੇ ਕਿਸੇ ਪ੍ਰਾਣੀ ਨੂੰ ਭਾਵੇਂ ਉਹ ਕਿੱਡਾ ਵੀ ਵੱਡਾ ਹੋਵੇ ਤੋਰਨ ਜਾਣ ਨਾਲ ਸਤਿਗੁਰਾਂ ਦੀ ਬੇਅਦਬੀ ਹੁੰਦੀ ਹੈ ਸੋ ਸਰਬ ਸੰਗਤਾਂ ਨੂੰ ਖਾਲਸਾ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਅਤੇ ਆਪ ਜੀ ਨੰਗਲ ਸਲਾਲੇ ਕਥਾ ਦੀ ਹਾਜ਼ਰੀ ਭਰਨ ਵਾਸਤੇ ਚਲੇ ਗਏ। ਖਾਲਸਾ ਜੀ ਜਾ ਚੁੱਕੇ ਸਨ ਦੁਪਹਿਰ ਨੂੰ ਹੀ ਬਾਬਾ ਜੀ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਸੰਤ ਕਰਤਾਰ ਸਿੰਘ ਹੁਰੀ ਮੁੜ ਮੁੜ ਯਾਦ ਆਉਂਦੇ ਨੇ। ਅੱਜ ਸ਼ਾਮ ਨੂੰ ਹੀ ਗੁਰੂ ਦੀਆਂ ਕਥਾ ਕਹਾਣੀਆਂ ਸੁਣਨ ਵਾਸਤੇ ਆਪਾਂ ਵੀ ਸਲਾਲੇ ਪਿੰਡ ਪੁੱਜਣਾ ਹੈ। ਜਿੰਨੇ ਦਿਨ ਖਾਲਸਾ ਜੀ ਕਥਾ ਕਰਨਗੇ ਓਨੇ ਦਿਨ ਉੱਥੇ ਹੀ ਠਹਿਰਨਾ ਹੈ। ਸ਼ਾਮ ਨੂੰ ਬਾਬਾ ਜੀ ਸੰਗਤਾਂ ਸਮੇਤ ਖਾਲਸਾ ਜੀ ਪਾਸ ਪੁੱਜ ਗਏ। ਖਾਲਸਾ ਜੀ ਨੇ ਬਹੁਤ ਹੀ ਖੁਸ਼ੀ ਪ੍ਰਗਟਾਈ ਬਾਬਾ ਜੀ ਸਾਰੇ ਦਿਨ ਸਵੇਰੇ ਸ਼ਾਮ ਕਥਾ ਕੀਰਤਨ ਵਿੱਚ ਹਾਜ਼ਰੀ ਭਰਦੇ ਅਤੇ ਵੇਲਾ ਸਮਾਂ ਖਾਲਸਾ ਜੀ ਨਾਲ ਗੁਰਮਤ ਵਿਚਾਰਾਂ ਸਾਂਝੀਆਂ ਕਰਦੇ ਇਸ ਮਲਾਪ ਤੋਂ ਪਿੱਛੋਂ ਹਰ ਸਾਲ 8 ਦਿਨਾਂ ਨਾਮ ਅਭਿਆਸ ਕਮਾਈ ਸਮਾਗਮ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਆਪਣੇ ਸਮੂੱਚੇ ਜਥੇ ਸਮੇਤ